ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਵਾਸਤੇ ਲਿਆ ਰਹੇ ਹਾਂ ਰੰਦਾ ਮਸ਼ੀਨ ਜੀਐਸ ਪੈਕ ਕੰਪਨੀ ਦੀ ਜਿਹੜਾ ਕਿ 8 ਕੰਮ ਕਰਦੀ ਆ ਜਿਵੇਂ ਪਲੇਨਿੰਗ ਹੋ ਗਿਆ ਗੇਜ ਹੋ ਗਿਆ ਇੱਧਰ ਡ੍ਰਿਲਿੰਗ ਹੋ ਗਿਆ ਤੇ ਮੋਲਡਿੰਗ ਹੋ ਗਿਆ ਕਟਰ ਹੋ ਗਿਆ ਚਿਰੀ ਕਟਰ ਹੋ ਗਿਆ ਤੇ ਧਾਰ ਮਿਸਤਰ ਹੋ ਗਈ ਬਲੇਡ ਗ੍ਰਾਇੰਡਿੰਗ ਕਰਨ ਵਾਲੀ ਇਸ ਤੋਂ ਇਲਾਵਾ ਇਸ ਮਸ਼ੀਨ ਦੇ ਨਾਲ ਇੱਕ ਸਪੈਸ਼ਲ ਅਟੈਚਮੈਂਟ ਲਗਾਈ ਆ ਜੋ ਕਿ ਹੈ ਸਲਾਈਡਿੰਗ ਕਟਰ ਜਿਹੜਾ 2.5 ਫੁੱਟ 3 ਫੁੱਟ ਦੇ ਇੱਕ ਬੜ ਲੱਕੜੀ ਬੜੇ ਆਰਾਮ ਨਾਲ ਕਰ ਦਿੰਦਾ ਵਾ 3 ਫੁੱਟ ਤੋਂ ਇਲਾਵਾ ਵੀ ਜੇ ਅਸੀਂ 4 ਫੁੱਟ ਚਾਹੋ ਤਾਂ ਉਹ ਵੀ ਅਸੀਂ ਕਰ ਦਾਂਗੇ 4 ਫੁੱਟ ਵੀ ਦਾ ਕਰ ਦਾਂਗੇ ਇਹਦੀ ਸਲਾਈਡਿੰਗ ਆ ਬਹੁਤ ਜ਼ਿਆਦਾ ਸਮੂਥ ਆ ਔਰ ਲੌਂਗ ਟਾਈਮ ਚੱਲਣ ਵਾਲੀ ਆ ਔਰ ਇਹਦਾ ਜਿਹੜਾ ਕਟਿੰਗ ਹੈਗੀ ਆ ਉਹ ਰਾਈਟ ਐਂਗਲ ਦੇ ਵਿੱਚ ਹੋਏਗੀ ਪ੍ਰੋਪਰ ਅੱਜ ਅਸੀਂ ਇਹ ਮਸ਼ੀਨ ਕਿਵੇਂ ਕੰਮ ਕਰਦੀ ਉਹ ਦਿਖਾਵਾਂਗੇ ਇਹਦੇ ਲਈ ਅਸੀਂ ਇੱਕ ਬੋਰਡ ਦਾ ਪੀਸ ਲਿਆਂਦਾ ਵਾ ਪਹਿਲਾਂ ਬੋਰਡ ਕੱਟ ਕੇ ਦਿਖਾਵਾਂਗੇ ਉਸ ਤੋਂ ਬਾਅਦ ਚੋਂ ਜਿਹੜੀ ਲੱਕੜੀ ਆ ਲੱਕੜੀ ਵੀ ਕੱਟ ਕੇ ਦਿਖਾਵਾਂਗੇ ਕੋਈ ਵੀ ਚੀਜ਼ ਆਪਾਂ ਜਿਵੇਂ 100-200 ਪੀਸ ਇੱਕੋ ਸਾਈਜ਼ ਦੇ ਵਿੱਚ ਕੱਟਣੇ ਆ ਉਹ ਵੀ ਬੜੇ ਆਰਾਮ ਨਾਲ ਕੱਟੇ ਜਾਂਦੇ ਆ ਪਲੱਸ ਜਿਹੜਾ ਆਪਣਾ ਬੋਰਡ ਹੁੰਦਾ ਵਾ ਬੋਰਡ ਇਹਦੇ ਉੱਤੇ ਬੜੇ ਆਰਾਮ ਨਾਲ ਕੱਟਿਆ ਜਾਂਦਾ ਵਾ ਬੋਰਡ ਵਾਸਤੇ ਅਸੀਂ ਜਿਹੜਾ ਰੂਲਾ ਵਾ ਰੂਲੇ ਦੇ ਉੱਤੇ ਇੱਕ ਪਲੇਟ ਲਗਾ ਦਾਂਗੇ ਪਲੇਟ ਲਗਾ ਕੇ ਆ ਛਲ ਖੋਲ ਕੇ ਪ੍ਰੋਪਰ ਇੱਕ ਟੇਬਲ ਕਟਰ ਬਣ ਜਾਏਗਾ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਉਹਦੇ ਨਾਲ ਕੀ ਆ ਤੁਹਾਡਾ ਰੂਲਾ ਨਹੀਂ ਕੰਮ ਕਰੂਗਾ ਕਟਰ ਕੰਮ ਕਰੂਗਾ ਔਰ ਛਲ ਦੇ ਨਾਲ ਲਾ ਕੇ ਤੁਸੀਂ ਬੋਰਡ ਕੱਟੋਗੇ ਬੋਰਡ ਇੱਕ ਬੋਰਡ ਤੁਸੀਂ ਵੱਧ ਤੋਂ ਵੱਧ ਅਸੀਂ 3-4 ਮਿੰਟ ਦੇ ਵਿੱਚ ਬੋਰਡ ਕੱਟ ਸਕਦੇ ਹਾਂ ਉਹਦੇ ਨਾਲ ਤੇ ਕਿੱਦਾਂ ਕੰਮ ਕਰਦੀ ਆ ਤੁਹਾਨੂੰ ਆਪ ਦਿਖਾਵਾਂਗੇ ਲਓ ਜੀ ਇਹ ਪਲਾਈ ਦੀ ਪ੍ਰੋਪਰ ਕਟਿੰਗ ਹੋ ਗਈ ਇੱਕਦਮ ਪੂਰੀ ਸਕੁਅਰ ਹੋ ਗਈ ਇਹ ਇਸ ਤੋਂ ਇਲਾਵਾ ਜੇ ਲੱਕੜੀ ਕਟਿੰਗ ਕਰਨੀ ਆ ਕੋਈ ਲੱਕੜੀ ਵੀ ਆਪਾਂ ਬੜੇ ਆਰਾਮ ਨਾਲ ਕਟਿੰਗ ਕਰ ਸਕਦੇ ਹਾਂ ਇਹਦੇ ਤੇ ਛੋਟੇ ਤੋਂ ਛੋਟਾ ਪੀਸ ਕੱਟ ਲਓ ਉਹ ਵੀ ਸਾਰੇ ਪਾਸੇ ਨੂੰ ਗੁਣੀਆਂ ਦੇ ਵਿੱਚ ਕਟਿੰਗ ਹੋਏਗਾ ਉਸ ਤੋਂ ਇਲਾਵਾ ਇਹਦੇ ਨਾਲ ਇਹ ਗੇਜ ਦਿੱਤੀ ਆ ਇਹ ਗੇਜ ਆਪਾਂ ਜਿੱਥੇ ਸੈਟਿੰਗ ਕਰ ਲਾਂਗੇ ਉੱਥੇ ਬੰਨ ਕੇ ਚਾਹੇ ਤੁਸੀਂ 100 ਪੀਸ ਕਟਿੰਗ ਕਰ ਲਓ ਇੱਕੋ ਸਾਈਜ਼ ਦੇ ਵਿੱਚ ਕਟਿੰਗ ਹੋਏਗਾ ਇਹ ਵਾਲਾ ਦੋਸਤੋ ਜੀਐਸ ਪੈਕ ਕੰਪਨੀ ਦੀ ਮਸ਼ੀਨ ਆ ਇਹ ਸਾਡੀ ਜੋ ਮੈਨੂਫੈਕਚਰਿੰਗ ਯੂਨਿਟ ਆ ਇਹ ਲੁਧਿਆਣੇ ਦੇ ਵਿੱਚ ਆ ਤੇ ਲੁਧਿਆਣਾ ਗਿੱਲੋੜ ਦੇ ਉੱਤੇ ਆ ਤੁਸੀਂ ਜਦੋਂ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਬਾਕੀ ਜੇ ਆਨਲਾਈਨ ਮੰਗਵਾਉਣੀਆਂ ਤੁਸੀਂ ਆਨਲਾਈਨ ਵੀ ਇਸ ਤੋਂ ਮੰਗਵਾ ਸਕਦੇ ਹੋ ਇਹਦੀ ਡਿਲੀਵਰੀ ਆ ਆਲ ਓਵਰ ਇੰਡੀਆ ਦੇ ਵਿੱਚ ਆ ਇਹਦੇ ਨਾਲ ਜਿਹੜਾ ਇਹ ਕਟਰ ਆ ਇਹ ਖੁੱਲ੍ਹ ਕੇ ਦੇ ਉੱਤੇ ਕੱਸਿਆ ਜਾਂਦਾ ਵਾ ਜਿਹਦੇ ਨਾਲ ਆਪਾਂ ਡਿਲੀਵਰੀ ਆਲ ਓਵਰ ਇੰਡੀਆ ਕਰ ਸਕਦੇ ਹਾਂ ਇਹਦੀ ਬਾਕੀ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ